ਆ ਸਾਡੇ ਚਾਵਲ ਵਾਲੇ ਭਰਾ ਇਹ ਕਹਿੰਦੇ ਯਾਰ ਤੂੰ ਟੈਨਸ਼ਨ ਕਿਉਂ ਲਈ ਆ ਆਈ ਜਾਂਦੇ ਨੋਟ ਕਹਿੰਦਾ ਚੱਕ ਕਹਿੰਦਾ ਭਾਵੇਂ ਫਾਰਚੂਨਰ ਲਿਆਈ ਭਾਵੇਂ ਬਲੈਰੋ ਲਿਆਈ ਤੇ ਭਾਵੇਂ ਸਕਾਰਪੀਓ ਲਿਆਈ ਥੈਂਕ ਯੂ ਮੇਰਾ ਹਾਂ ਜੱਟ ਬਸ ਚ ਭਈਆ ਥੈਂਕ ਯੂ ਮਿਹਰਬਾਨੀ ਜੱਟ ਬਸ ਚ ਭਈਆ ਪਿੱਛੇ ਸਾਡਾ ਗੀਤ ਆਇਆ ਸੀ ਜਿਸ ਗੀਤ ਰੂਟੀ ਪਏ ਕਹਿੰਦਾ ਗੱਲ ਸੁਣ ਸ਼ਹਿਰ ਦੀਆਂ ਮਟਿਆਰੀ ਨੂੰ ਸਿੱਖ ਲਾ ਪੇਂਡੂ ਵਿਰਸੇ ਬਾਰੇ ਗੱਲ ਸੁਣ ਸ਼ਹਿਰ ਦੀਆਂ ਮਟਿਆਰੀ ਨੂੰ ਸਿੱਖ ਲਾ ਪੇਂਡੂ ਵਿਰਸੇ ਬਾਰੇ ਆ ਭੁੱਖਾ ਬਿਨ ਰੋਟੀ ਤੋਂ ਸਾਰੇ ਤੇ ਹਾਣੀ ਕਰਨ ਮਖੌਲ ਕੁੜੇ ਨਹੀਂ ਤੂੰ ਜੱਟ ਬਣਾਤਾ ਭਈਆ ਅੰਨਤ ਖਵਾ ਕੇ ਚੌਲ ਕੁੜੇ ਸ਼ਹਿਰ ਦੇ ਮਟਿਆਰੇ ਨੀ ਸਿੱਖ ਲੈ ਪੇਂਡੂ ਵਿਰਸੇ ਬਾਰੇ ਉਹ ਗੱਲ ਸੁਣ ਸ਼ਹਿਰ ਦੇ ਮਟਿਆਰੇ ਨੀ ਸਿੱਖ ਲੈ ਪੇਂਡੂ ਵਿਰਸੇ ਬਾਰੇ ਆ ਭੁੱਖਾ ਬਿਨ ਰੋਟੀ ਤੋਂ ਸਾਰੇ ਆ ਭੁੱਖਾ ਬਿਨ ਰੋਟੀ ਤੋਂ ਸਾਰੇ ਆ ਤੁਹਾਨੂੰ ਲੱਗਦਾ ਕਿਸੇ ਪਾਸੇ ਭੁੱਖਾ ਮਰਦਾ ਹੋ ਖਾ ਖਾ ਕੇ ਨਾਈਆਂ ਦੀ ਕੱਟੀ ਵਰਗਾ ਹੋਇਆ ਸਰਪੰਚ ਸਾਹਿਬ ਆ ਤੁਹਾਨੂੰ ਲੱਗਦਾ ਵੀ ਕਿਸੇ ਪਾਸੇ ਕੁਝ ਖਾਂਦੀ ਹੋਊ ਭਈਆ ਦੀ ਪਤੀਲੀ ਇਹਨੂੰ ਕਸੀ ਜਾਂਦੀ ਆ ਕਸੀ ਜਾਂਦੀ ਆ ਕਸੀ ਜਾਂਦੀ ਆ ਕਹਿੰਦੀ ਖਾ ਖਾ ਕੇ ਨਾਈਆਂ ਦੀ ਕੱਟੀ ਵਰਗਾ ਹੋਇਆ ਪਿਆ ਅੱਗੇ ਹਰੇਕ ਪ੍ਰੋਗਰਾਮ ਦੇ ਡਾਇਲੌਗ ਮਾਰਦੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਖਾ ਖਾ ਕੇ ਨਾਈਆਂ ਦੀ ਕੁੱਤੀ ਵਰਗਾ ਹੋਇਆ ਪਿਆ ਇੱਕ ਪ੍ਰੋਗਰਾਮ ਤੇ ਭਾਈ ਸਾਨੂੰ ਨਾਈ ਸਿੱਖ ਭਰਾ ਟੱਕਰ ਗਿਆ ਉਹ ਪਿੱਛੇ ਦੀ ਆਇਆ ਜਦੋਂ ਇੰਨੀ ਗੱਲ ਕੀ ਦੂਜਾ ਗਾਣਾ ਇਹ ਸਟਾਰਟ ਕੀਤਾ ਸੀ ਕਹਿੰਦਾ ਭੈਣ ਜੀ ਗੱਲ ਸੁਣਿਓ ਮੇਰੇ ਤਾਂ ਧਿਆਨ ਚ ਨਹੀਂ ਆਇਆ ਕਿਤੇ ਇਸ ਦੀ ਧਿਆਨ ਚ ਆ ਕਹਿੰਦੇ ਕੋਈ ਬਾਈ ਜੀ ਨੇ ਪਿੱਛੇ ਬੁਲਾਈ ਜਾਂਦੇ ਮੈਂ ਚੱਲ ਗਿਆ ਮੈਂ ਕਿਹਾ ਹਾਂਜੀ ਬਾਈ ਜੀ ਦੱਸੋ ਕਹਿੰਦਾ ਯਾਰ ਭੈਣ ਜੀ ਨੂੰ ਨਾ ਮੈਂ ਸਤਿਕਾਰ ਦੇਣਾ ਕੋਈ ਨਹੀਂ ਸਾਡੀਆਂ ਭੈਣਾਂ ਵਰਗੀਆਂ ਬਾਈ ਬਣ ਕੇ ਮਾੜਾ ਜਿਹਾ ਬੁਲਾਈ ਮੈਂ ਚੱਲ ਕੋਈ ਨਹੀਂ ਜਸ਼ਨ ਚੱਲ ਜਾ ਜਦੋਂ ਚੱਲ ਗਈ ਕੋਲ ਉਹਨੇ ਖੜਕਦਾ ਪਹਿਲਾਂ 100 ਦਾ ਨੋਟ ਦਿੱਤਾ ਕਹਿੰਦਾ ਲੈ ਭੈਣ ਮੇਰੇ ਕੇ 100 ਦਾ ਨੋਟ ਬਹੁਤ ਵਧੀਆ ਕਮੀਆਂ ਸੋਹਣਾ ਕਮੀਆਂ ਕਹਿੰਦਾ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਨਾ ਸਾਡਾ ਨਾ ਹੀ ਸਿੱਖਾਂ ਦਾ ਲੈ ਲਿਆ ਕਰ ਪਰ ਕਮਲ ਕੇ ਸਾਡੀ ਕੁੱਤੀ ਨੀ ਸਾਡੀ ਕੱਟੀ ਸੀ ਹੁਣ ਮੇਰੀ ਕੱਟੀ ਕਹਿਣ ਲੱਗ ਗਈ ਉਹ ਗੱਲ ਸੁਣ ਸ਼ਹਿਰ ਦੇ ਮਟਿਆਰੇ ਨੀ ਸਿੱਖ ਲੈ ਪੇਂਡੂ ਵਿਰਸੇ ਬਾਰੇ ਆ ਭੁੱਖਾ ਬਿਨ ਰੋਟੀ ਤੋਂ ਸਾਰੇ ਆ ਭੁੱਖਾ ਬਿਨ ਰੋਟੀ ਤੋਂ ਸਾਰੇ ਤੇ ਹਾਣੀ ਕਰਨ ਮਖੌਲ ਕੁੜੇ ਨੀ ਤੂੰ ਚੱਕ ਬਣਾਤਾ ਭਈਆ ਨੇ ਤਕਵਾ ਕੇ ਚੌਲ ਕੁੜੇ ਚੱਕ ਬਣਾਤਾ ਭਈਆ ਨੇ ਤਕਵਾ ਕੇ ਚੌਲ ਕੁੜੇ ਉਹ ਚੱਕ ਬਣਾਤਾ ਭਈਆ ਨੇ ਤਕਵਾ ਕੇ ਚੌਲ ਕੁੜੇ ਜੇ ਕਿਤੇ ਰੋਟੀ ਖਾਂਦਾ ਹੁੰਦਾ ਫਿਰ ਪਤਾ ਨੀ ਕੀ ਕਰਨਾ ਸੀ ਇਹਨੇ ਫਿਰ ਕੀ ਕਰਨਾ ਸੀ ਫਿਰ ਟੈਂਟ ਵਿੱਚ ਦੀ ਲੰਘ ਜਾਣਾ ਸੀ ਮੈਂ ਫਸ ਗਈ ਖੇਤਾਂ ਵਿੱਚ ਮਰੂ ਵਿਚਾਰ ਦੇ ਨੱਚ ਗਈ ਆ ਸੁਸੀ ਮੈਂ ਫਸ ਗਈ ਖੇਤਾਂ ਵਿੱਚ ਮਰੂ ਵਿਚਾਰ ਦੇ ਨੱਚ ਗਈ ਆ ਸੁਸੀ ਤੇ ਤੇਰੀ ਮਾਲਾ ਵੇ ਨਿਤ ਰੂਪ ਹਾਂ ਤੇਰੀ ਮਾਲਾ ਵੇ ਨਿਤ ਰੂਪ ਆ ਪੜਦੀ ਚੜੀਆਂ ਖੜਿਆ ਆਹ
ਸ਼ਹਿਰ ਦੀ ਮਟਿਆਰ ਦੀ ਹੈ, ਸ਼ਹਿਰ ਦੀ ਮਟਿਆਰ ਤੇ ਪਿੰਡ ਦਾ ਮੁੰਡਾ, ਜਾਨੀ ਕਿ ਸਰਸੇ ਦੀ ਮਟਿਆਰ ਤੇ ਚਾਵਲ ਪਿੰਡ ਦਾ ਮੁੰਡਾ। ਚਾਵਲ ਪਿੰਡ ਦੇ ਵਿੱਚ ਸ਼ਹਿਰ ਦੀ ਮਟਿਆਰ ਵਿਆਹੀ ਜਾਂਦੀ ਆ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼ਹਿਰ ਦੀ ਮਟਿਆਰ ਜਾਨੀ ਕਿ ਸ਼ਹਿਰਾਂ ਦਾ ਤੇ ਪਿੰਡਾਂ ਦਾ ਮਾਹੌਲ ਜਿਹੜਾ ਥੋੜਾ ਜਿਹਾ ਚੇਂਜ ਆ। ਹੁਣ ਗੱਲ ਆਪਾਂ ਪਹਿਲਾਂ ਸ਼ਹਿਰ ਵਾਲਾਂ ਦੀ ਕਰਦੇ ਹਾਂ। ਸ਼ਹਿਰ ਵਾਲਾਂ ਦੀ ਗੱਲ ਇਹ ਆ ਨਾ, ਪਹਿਲਾਂ ਆਪਾਂ ਪਿੰਡ ਵਾਲਿਆਂ ਦੀ ਗੱਲ ਸੁਣਾਉਂਦੇ ਹਾਂ, ਤੁਹਾਨੂੰ ਧਿਆਨ ਨਾਲ ਸੁਣਿਓ। ਜਿਹੜੇ ਪਿੰਡ ਵਾਲੇ ਸਾਡੇ ਸਤਿਕਾਰਯੋਗ ਲੋਕ ਹੈ, ਜਿੱਦਾਂ ਕਿ ਸਾਡੀਆਂ ਬੀਬੀਆਂ ਭੈਣਾਂ, ਜੇ ਗੱਲ ਤੜਕੇ ਦੀ ਕਰੀਏ ਸੁਬਾਹ ਦੀ ਕਰੀਏ, ਤੜਕੇ ਵੀ ਪ੍ਰਸ਼ਾਦੇ ਬਣਦੇ ਆ, ਫਿਰ ਦੁਪਹਿਰ ਦੀ ਗੱਲ ਕਰੀਏ ਦੁਪਹਿਰੇ ਵੀ ਪ੍ਰਸ਼ਾਦੇ, ਸ਼ਾਮ ਨੂੰ ਵੀ ਪ੍ਰਸ਼ਾਦੇ। ਤੰਦਰੁਸਤੀ ਨਿਸ਼ਾਨੀ ਹੈ ਰੋਟੀ ਪਾਣੀ ਖਾਣਾ। ਫਿਰ ਆਪਾਂ ਆਉਂਦੇ ਸ਼ਹਿਰ ਵਾਲੇ ਪਾਸੇ। ਆ ਸ਼ਹਿਰ ਵਾਲੀਆਂ ਤੜਕੇ ਕਰਦੀਆਂ ਪਹਿਲਾਂ ਬ੍ਰੈਡਾਂ ਦੇ ਉੱਤੇ ਜੈਮ ਲਾਲਾ ਖਾਂਦੀਆਂ, ਫਿਰ ਗੱਲ ਦੁਪਹਿਰੇ ਆਉਂਦੀ ਆ, ਦੁਪਹਿਰੇ ਕਰਨੀਆਂ ਕਦੇ ਬੜੀਆਂ ਵਾਲੇ ਚੌਲ, ਕਦੇ ਆਲੂ ਵਾਲੇ ਚੌਲ, ਕਦੇ ਕਿਹੜੇ ਚੌਲ, ਕਦੇ ਟੂਟਾ ਚੌਲ, ਕਦੇ ਬਾਸਮਤੀ ਚੌਲ, ਕਦੇ ਮੈਂ ਤਾਂ ਨਾ ਹੀ ਨਹੀਂ ਪਤਾ ਕਿਹੜੇ ਕਿਹੜੇ ਚੌਲ ਆਉਣ ਲੱਗ ਗਏ ਯਾਰ। ਸਹੀ ਗੱਲ ਸਾ। ਫਿਰ ਆ ਜਾਂਦੀ ਸ਼ਾਮ ਦੀ ਗੱਲ, ਸ਼ਾਮ ਨੂੰ ਕੀ ਕਰਦੀਆਂ, ਕਦੇ ਨਿਊਡਲ, ਕਦੇ ਬਰਗਰ, ਕਦੇ ਆ ਮੋਮੋਜ ਮਾਮੋਜ, ਪਤਾ ਨਹੀਂ ਕੀ ਹੁੰਦੇ ਆ, ਚੂਮਚ ਚਾਮਚ ਪਿੰਡ ਸਮਝਦੀਆਂ ਤੇ ਕੀ ਕਹਿੰਦੇ ਆ, ਓਦਾਂ ਦੀ ਗੱਲ ਕਿ ਹਫ਼ਤੇ ਵਿੱਚ ਤੂੰ 5 ਦਿਨ ਪੂਰੇ ਚੌਲ ਬਣਾਉਂਦੀ ਨੀ, ਤੂੰ ਵਿਹਲੀ ਬੈਠੀ ਰਹਿੰਦੀ ਤੇ ਬੇਬੇ ਪੋਚੇ ਲਾਉਂਦੀ ਨੀ, ਆ ਹਫ਼ਤੇ ਵਿੱਚ ਤੂੰ 5 ਦਿਨ ਪੂਰੇ ਚੌਲ ਬਣਾਉਂਦੀ ਨੀ, ਨੀ ਤੂੰ ਵਿਹਲੀ ਬੈਠੀ ਰਹਿੰਦੀ ਤੇ ਬੇਬੇ ਪੋਚੇ ਲਾਉਂਦੀ ਨੀ, ਆ ਨਾ ਤੂੰ ਡੰਗਰ ਬੱਛਾ ਸਾਂਭੀ, ਆ ਨਾ ਤੂੰ ਡੰਗਰ ਬੱਛਾ ਸਾਂਭੀ, ਉਹ ਦੱਸ ਕੀ ਪੈਂਦੇ ਹੋਰ ਕੁੜੇ ਨੀ, ਤੂੰ ਜੱਟ ਬਣਾਤਾ ਭਈਆ ਨੇ ਪਕਵਾਵੇ ਤਾਂ ਪਤੀਲਾ ਲਾ
ਮੇਰੀ ਬੇਬੇ ਵਾਂਗੂ ਮਾਰਨ ਛਾਲਾ ਨੀ। ਇਹ ਤੂੰ ਸਿੱਖ ਲੈ, ਮੇਰੀ ਬੇਬੇ ਵਾਂਗੂ ਮਾਰਨ ਛਾਲਾ ਨੀ। ਹੁਣ ਇਹਦਾ ਮਤਲਬ ਇਹ ਨਹੀਂ ਕਿ ਮੇਰੀ ਬੇਬੇ ਜਿਹੜੀ ਵੱਟਾ ਖਾਲੇ ਟੱਪਦੀ ਫਿਰਦੀ ਹੈ। ਛਾਲਾ ਦਾ ਮਤਲਬ ਹੁੰਦਾ ਤੰਦਰੁਸਤੀ। ਮੇਰੀ ਬੇਬੇ ਹੀ ਕਰਦੀ ਹੈ ਤੜਕੇ 4 ਵਜੇ ਉੱਠ ਖੜਦੀ ਹੈ ਕੰਮ ਦਾ, ਭਾਵੇਂ ਡੱਕਾ ਨਹੀਂ ਤੋੜਦੀ। ਤੜਕੇ ਉੱਠ ਕੇ ਚਾਹ ਬਣਾ ਲੈਂਦੀ ਹੈ, ਚਾਹ ਪੀ ਲੈਂਦੀ ਹੈ, ਉਦੋਂ 5 ਵਜ ਜਾਂਦੇ ਫਿਰ ਮੇਰੇ ਡੈਡੀ ਦੇ ਹੁੱਜ ਮਾਰਦੀ ਆ, ਉੱਠੋ ਜੀ 5 ਵਜ ਗਏ। ਫਿਰ ਉਦੋਂ ਬਾਅਦ ਕੀ ਕਰਦੀ ਹੈਗੀ, ਵੱਡੇ ਕੋਲੇ ਜਾਂਦੀ, ਉੱਠ ਪਏ 5:30 ਹੋ ਗਏ, ਫਿਰ ਮੇਰੇ ਕੋਲੇ ਉੱਠ ਪਏ 6 ਵਜ ਗਏ। ਇਹਨਾਂ ਕੋਲ ਤਾਂ ਡਰਦੀ ਉਹ ਜਾਂਦੀ, ਉਹਨੂੰ ਪਤਾ ਨਹੀਂ ਸ਼ਹਿਰ ਵਾਲੀਆਂ ਨੂੰ ਉੱਠਣਾ ਤਾਂ 8 ਵਜੇ, ਫਾਇਦਾ ਕੀ। ਮੇਰੀ ਬੇਬੇ ਅਕਸਲੀ ਇਹ ਗੱਲ ਸਮਝਾਉਂਦੀ ਹੁੰਦੀ ਸਾਨੂੰ ਵੀ, ਪੁੱਤ ਬੰਦਾ ਜਿਹੜਾ ਤੜਕੇ ਉੱਠਦਾ ਸੁਬਾਹ ਵਾਲੇ ਟਾਈਮ 'ਤੇ, ਜਿਹੜਾ ਬੰਦਾ ਜਲਦੀ ਉੱਠਦਾ, ਬੰਦੇ ਦੇ ਕਰਮ ਜਾਗਦੇ ਆ, ਬੰਦੇ ਦੇ ਭਾਗ ਜਾਗਦੇ ਆ, ਇਹਨੂੰ ਕਹਿੰਦੇ ਆ ਤੰਦਰੁਸਤੀ। ਅਤੇ ਤੰਦਰੁਸਤੀ ਦੀਆਂ ਛਾਲਾ, ਅਤੇ ਮੇਰੀ ਬੇਬੇ ਉਹ ਛਾਲਾ ਮਾਰਦੀ ਸੁਣੀ ਧਿਆਨ ਕੀ ਕਹਿੰਦਾ, ਨਹੀਂ ਤੂੰ ਸਿੱਖ ਲੈ ਮੇਰੀ ਬੇਬੇ ਵਾਂਗੂ ਮਾਰਨ ਛਾਲਾ ਨਹੀਂ। ਇੱਕ ਤੇਰੇ ਕਰਕੇ ਪੈਂਦੀਆਂ ਨਿੱਤ ਪਾਪੂ ਤੋਂ ਗਾਲਾ ਨਹੀਂ, ਨਹੀਂ ਕਦੇ ਅੱਕਿਆ ਹੋਇਆ ਬਲਵੀਰ, ਨਹੀਂ ਕਦੇ ਅੱਕਿਆ ਹੋਇਆ ਬਲਵੀਰ, ਸੱਚੀ ਤੇਰੇ ਮਾਰੂ ਤਾਲ ਕੋਲੇ ਤੂੰ ਜੱਟ ਬਣਾਦਾ ਭਈਆ ਨੇ ਤੇ ਕਮਾਉਂਦੇ ਚੌਲ ਬਣਾਦਾ ਭਈਆ ਨੇ ਤੇ ਕਮਾ ਕੇ ਚੌਲ।